ਹਾਂਜੀ, ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਸਾਰੇ ਠੀਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ। ਅੱਜ ਦਾ ਰਿਜ਼ਲਟ ਦੱਸਣ ਜਾ ਰਹੇ ਹਾਂ। ਕੱਲ੍ਹ ਬਾਗੜੀਆਂ 'ਚ ਸਰਾਹ ਹੋ ਗਿਆ ਮੇਰੇ ਵੀਰੋ, ਕਿਸੇ ਐਂ ਨਹੀਂ ਹੋਊਗਾ ਕਿਸੇ ਨੂੰ ਮੈਚਾਂ ਦਾ ਸਵਾਦ ਨਾ ਆਇਆ ਹੋਊ। ਸਿਰੇ ਦੇ ਮੈਚ ਹੋਏ ਆ ਮੇਰੇ ਵੀਰੋ, ਉਸ 'ਤੇ ਬਾਰੇ ਦੱਸਾਂਗੇ ਰਿਜ਼ਲਟ, ਕਿਹੜਾ ਬੈਸਟ ਰੇਡਰ ਅਤੇ ਜਾਫੀ ਬਣਿਆ, ਕਿਉਂਕਿ ਸਰਾਹ ਲੱਗਿਆ ਮੇਰੇ ਵੀਰੋ। ਮੈਚ ਕਾਫੀ ਲੇਟ ਹੋ ਗਏ, ਕਾਫੀ ਵੀਰਾਂ ਨੂੰ ਪਤਾ ਨਹੀਂ ਹੋਣਾ ਵੀ ਕਿਹੜੇ ਜੋ ਹੈ ਬੈਸਟ ਰੇਡਰ ਅਤੇ ਮੇਰੇ ਵੀਰੋ। ਤੁਹਾਨੂੰ ਦੱਸ ਦਿੰਦੇ ਹਾਂ ਵੀ ਸੈਮੀ ਫਾਈਨਲ 'ਚ ਜਲੰਧਰ ਵੀ ਅੱਜ ਹਾਰ ਗਈ ਸੀ। ਵੱਡੀਆਂ ਵੱਡੀਆਂ ਟੀਮਾਂ ਘਰ ਨੂੰ ਗਈਆਂ, ਉਲਟ ਫਿਰ ਵੱਡੇ ਹੋਏ ਸੀ। ਪਹਿਲੇ ਨੰਬਰ 'ਤੇ ਕਪੂਰਥਲੇ ਦੀ 4 ਲੱਖ, ਪਹਿਲਾ ਇਨਾਮ 3 ਲੱਖ, ਦੂਜਾ ਸੀਗਾ ਮੋਗਾ ਫਾਜ਼ਿਲਕਾ। ਮੁਕਤਸਰ ਵਾਲਿਆਂ ਨੇ ਵੱਡੇ ਵੱਡੇ ਤੌਰ 'ਤੇ ਘਰ ਨੂੰ ਸਿਰੇ ਦੀ ਗੇਮ ਦਿਖਾਈ ਮੇਰੇ ਵੀਰੋ, 3 ਲੱਖ ਦੂਜਾ ਇਨਾਮ। ਟਿੱਬੇ ਵਾਲਾ ਬਾਂਟੀ 17 'ਚੋਂ 17 ਨੰਬਰ ਲੈ ਕੇ ਮੁੰਡਾ ਮੇਰੇ ਵੀਰੋ ਬੈਸਟ ਰੇਡਰ ਯਾਨੀ ਕਿ ਟਰੈਕਟਰ ਦਾ ਜੇਤੂ ਬਣਿਆ, ਨਿਊ ਹੋਲੈਂਡ ਟਰੈਕਟਰ ਦਾ ਯੋਧਾ ਸੁਰਖਪੁਰੀਆ ਅਤੇ ਯਾਦਾਂ ਮੇਰੇ ਵੀਰੋ 18 ਟੱਚ ਅਤੇ 5 ਜਫੇ ਜੋ ਹੈ ਯੋਧਾ ਸੁਰਖਪੁਰੀਆ ਬੈਸਟ ਜਾਫੀ। ਯਾਦਾਂ ਵੀ ਨਾਲ ਜੋ ਹੈ ਮੇਰੇ ਵੀਰੋ ਜੁਆਇੰਟ ਕੀਤਾ ਗਿਆ। ਫਿਰ ਬਾਅਦ 'ਚ ਇਹਨਾਂ ਮੁੰਡਿਆਂ ਨੂੰ ਦਿਓ ਮੁਬਾਰਕਾਂ, ਸਰਾ ਹੋਇਆ ਮੇਰੇ ਵੀਰੋ ਬਾਗੜੀਆਂ ਚੈਂਪੀਅਨਸ਼ਿਪ, ਵੱਡੇ ਉਲਟ ਫਿਰ ਮੰਨਿਆ ਮੇਰੇ ਵੀਰੋ। ਕਾਫੀ ਖਿਡਾਰੀ ਨਹੀਂ ਖੇਡੇ, ਮਜਬੂਰੀ ਹੁੰਦੀ ਹੈ ਕਈ ਵਾਰ। ਬਾਕੀ ਮੇਰੇ ਵੀਰੋ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਬਾਗੜੀਆਂ ਚੈਂਪੀਅਨਸ਼ਿਪ ਦੀ। ਬਾਗੜੀਆਂ ਚੈਂਪੀਅਨਸ਼ਿਪ ਕਪੂਰਥਲੇ ਜ਼ਿਲ੍ਹੇ ਨੇ ਜਿੱਤੀ ਆ ਮੇਰੇ ਵੀਰੋ। ਮੰਨਿਆ ਨਵੇਂ ਖਿਡਾਰੀਆਂ ਨੇ ਵੀ ਕੈਰ ਕਰਤਾ ਸੀਗਾ ਫਾਈਨਲ ਮੈਚ 'ਚ। ਜੇ ਨਵਾਂ ਵੀ ਕੋਈ ਮੁੰਡਾ ਜਾਂਦਾ ਤਾਂ ਫਿਰ ਵੀ ਗੱਲ ਵੱਖਰੀ ਲੱਗਦੀ, ਪਰ ਜੋ ਕਰਮਾਂ 'ਚ ਲਿਖਿਆ ਜੋ ਪਰਮਾਤਮਾ ਜਿਸ ਦੇ ਦਿੰਦਾ ਹੁੰਦਾ ਉਹੀ ਆ ਮੇਰੇ ਵੀਰੋ। ਨਵੀਂ ਅਪਡੇਟ ਲੈ ਕੇ ਮਿਲਦੇ ਹਾਂ, ਧੰਨਵਾਦ।